ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਤੁਹਾਨੂੰ ਮਿਲਾਉਂਦਾ ਮੈਂ ਹਸਬੀਰ ਨੂੰ। ਉਹਦੇ ਹਸਬੀਰ ਉੱਧਰ ਬਰਸੀਨ ਵੱਢਣ ਲੱਗਿਆ ਹੋਇਆ ਅਤੇ ਮੈਨੂੰ ਇਹਨੇ ਫੋਨ ਕਰਿਆ ਸੀ, ਕਹਿੰਦਾ ਚਾਚੇ ਵੀ ਮੈਨੂੰ ਆਹ ਕੱਖ ਚਕਾ ਪੰਡ ਬਣਾ ਕੇ, ਅਤੇ ਉੱਧਰ ਹੋਰ ਵੱਢਣ ਲੱਗ ਗਿਆ ਉਹ। ਉਹ ਕਿਵੇਂ ਹਸਬੀਰ? ਵਧੀਆ। ਹੋਰ ਸੁਣਾ? ਠੀਕ ਆ ਜੀ। ਕੀ ਕਰੀ ਜਾਂਦਾ? ਕੱਖ ਵੱਢ ਰਹੀ ਹੈ, ਮੀਂਹ ਦਾ ਕੁਝ ਨਹੀਂ ਪਤਾ। ਲੈ ਯਾਰ, ਮੀਂਹ ਦਾ ਦੇਖਤਾ ਸੀ, ਪੰਜਾਬ ਦਾ ਪੂਰਾ ਚੀਰਾ ਪੂੰਜੀ ਬਣਿਆ ਪਿਆ। ਜਿਹੜਾ ਚੀਰਾ ਪੂੰਜੀ, ਹਰ ਰੋਜ਼ ਮੀਂਹ ਪਈ ਜਾਂਦੇ ਆ। ਇੱਦਾਂ ਸਾਡੇ ਪੰਜਾਬ 'ਚ ਵੀ ਹੁਣ ਆਹੀ ਉਹੀ ਕੁਛ ਹੋਇਆ ਪਿਆ। ਹਰ ਰੋਜ਼ ਮੀਂਹ, ਹਰ ਰੋਜ਼ ਮੀਂਹ। ਕੱਲ੍ਹ ਹਾਲੇ ਮੌਸਮ ਠੀਕ ਤਾਂ ਧੁੱਪਾਂ ਨਿਕਲੀ ਹੋਈ ਸੀ, ਅਤੇ ਅੱਜ ਫਿਰ ਬੱਦਲਬਾਈ ਹੋਈ। ਕਿਸੇ ਵੀ ਟਾਈਮ ਮੀਂਹ ਪੈ ਸਕਦਾ। ਉਸ ਦੇ ਮੱਦੇਨਜ਼ਰ ਹਸਬੀਰ ਜਲਦ ਤੋਂ ਜਲਦ ਕੱਖ ਵੱਢ ਰਿਹਾ। ਅੱਜ ਦੋ ਦਿਨ ਦੇ ਵੱਢ ਲਈ ਹੋ? ਦੋ ਦਿਨ ਦੇ ਵੱਢ ਲਾ ਫਿਰ ਅੱਜ। ਜੀ ਬਰਸੀਨ ਤਾਂ ਲਈ ਅਸੀਂ ਲੱਦ, ਉੱਧਰ ਹਸਬੀ ਨੇ ਟਰੈਕਟਰ ਲਿਆ ਤੋਰ। ਟਰੈਕਟਰ ਅਸੀਂ ਉੱਧਰ ਖੜਾ ਤਾ, ਅਤੇ ਇੱਧਰ ਹੁਣ ਤੂੜੀ ਦੀ ਪੰਡ ਪਾਉਣੀ ਹਸਬੀਰ ਨੇ, ਜਿਹੜੇ ਕੰਮ ਨੂੰ ਮੇਨ ਮੈਨੂੰ ਬੁਲਾਇਆ ਤਾ ਇਹਨੇ। ਆਹ ਕੰਮ ਮੇਨ ਸੀ, ਕਹਿੰਦਾ ਤੂੜੀ ਦੀ ਪੰਡ ਮੈਨੂੰ ਚੁਕਾ ਦੀ ਬਣਾ ਕੇ। ਮੈਂ ਤੂੜੀ ਵੀ ਥੋੜ੍ਹੀ ਰਹਿ ਗਈ ਹੁਣ ਤਾਂ, ਕਣਕ ਵੀ ਆ ਗਈ ਜੀ ਹੁਣ, ਕਣਕ ਵੀ ਆ ਗਈ। ਕਣਕ ਜੇ ਹੁਣ ਮੀਂਹ ਰੱਬ ਚੱਕਣ ਦਊਗਾ ਤਾਂ ਹੈ, ਜਿੰਨਾ ਕਿਸਮਤ ਲਿਖਿਆ ਕਿਤੇ ਨਹੀਂ ਜਾਂਦਾ। ਇਹ ਤਾਂ ਹੈ। ਹਾਂ ਕਣਕਾਂ ਮਰੀਆਂ ਵੀ ਬਹੁਤ ਆ ਜੀ ਅੱਜ। ਲਓ ਜੀ, ਦਮ ਟੁੱਟ ਗਿਆ ਸਾਡਾ ਤਾਂ ਇੰਨਾ ਕੰਮ ਕਰਿਆ, ਹੈ ਨਾ, ਬਹੁਤ ਜ਼ਿਆਦਾ। ਓਏ ਬੰਦ ਕਰ ਲਓ ਬੜੀ ਚਿਰ, ਇਹਨੇ ਆਵਾਜ਼ ਖਿੱਚ ਲੈਣੀ ਨਾ ਜ਼ਿਆਦਾ। ਹਾਂ ਹੁਣ ਬੰਦ ਹੋ ਗਿਆ। ਹਸਬੀਰ ਦਾ ਡੈਡੀ ਹਰਜੋ ਉੱਧਰ ਨੇਤਰਬਾਈ ਦੇ ਨਾ ਮਕਾਨ ਪੈਂਦਾ, ਪਰ ਉਹ ਨਾ ਵਿੱਚ ਖੜਕਾ ਆਈ ਜਾਣਾ ਯਾਰ। ਠੀਕ ਹੈ, ਦੋ ਮੀਟਰ ਰੁਕ ਜਾ, ਦੋ ਮੀਟਰ ਰੁਕ ਜਾਓ ਯਾਰ, ਕੋਈ ਸੁਣਦਾ ਹੀ ਨਹੀਂ। ਹਸਬੀਰ ਦਾ ਡੈਡੀ ਗਿਆ ਹੋਇਆ ਹਜ਼ੂਰ ਸਾਹਿਬ। ਹਾਂਜੀ, ਜਦੋਂ ਵੀ ਆਊਂਗਾ ਤੇ ਉੱਥੇ ਬਾਰੇ ਪੂਰਾ ਹਾਲ ਚਾਲ ਪੁੱਛਾਂਗੇ ਉਹਤੇ। ਕਿੰਨੇ ਦਿਨ ਹੋ ਗਏ ਇਹਨੂੰ? ਉਹ 22 ਤਰੀਕ ਤੇ ਗਏ ਹੋਇਆ ਜੀ। 22 ਤਰੀਕ ਦਾ ਗਿਆ ਹੋਇਆ। ਹਾਂਜੀ, ਬਹੁਤ ਹੀ ਵੇਟ ਕਰ ਰਹੇ ਹਾਂ, ਇਹ ਵੀ ਬੜੀ ਬੇਸਬਰੀ ਨਾਲ ਵੇਟ ਕਰ ਰਿਹਾ, ਤੇ ਉੱਪਰ ਫਿਰ ਖੜਿਆ, ਚੱਲ ਹੁਣ ਰਹਿਣ ਆਪਾਂ ਚੱਲਦੇ ਹਾਂ। ਮੈਂ ਕਹਿੰਦਾ ਇਹ ਖੜਕਾ ਹੋਈ ਹੋ ਜਾਣਾ ਜਦੋਂ ਵੀ ਇਹਦਾ ਡੈਡੀ ਆ ਗਿਆ, ਤੇ ਆਪਾਂ ਪੂਰਾ ਉੱਥੇ ਦਾ ਹਜ਼ੂਰ ਸਾਹਿਬ ਦਾ ਘਟਨਾਕ੍ਰਮ ਜਿੰਨਾ ਵੀ ਉੱਥੇ ਪੁੱਛਾਂਗੇ ਉਹਤੇ, ਉਹ ਪੂਰਾ ਅਸੀਂ ਯੂਟਿਊਬ 'ਤੇ ਪਾਵਾਂਗੇ। ਠੀਕ ਹੈ, ਚੱਲੀਏ ਫਿਰ। ਹਾਂਜੀ, ਚਲੋ ਚੱਲੀਏ ਫਿਰ। ਆ ਗਿਆ ਆਪਣੇ ਘਰ, ਤੇ ਘਰ ਅੱਜ ਮਿਕਸ ਵੈਜੀਟੇਬਲ ਰਾਈਸ ਬਣਾਉਂਦੇ ਹਾਂ। ਉਹਦੇ ਵਿੱਚ ਕਈ ਸਬਜ਼ੀਆਂ ਸੁਬਜ਼ੀਆਂ ਪਾ ਕੇ ਨਾ ਆਪਾਂ ਬਣਾਉਂਦੇ ਹਾਂ, ਅਤੇ ਕਰੀਏ ਸ਼ੁਰੂ ਫਿਰ ਬਣਾਉਣਾ, ਅਤੇ ਨਾਲ ਤੁਸੀਂ ਵੀ ਥੋੜ੍ਹਾ ਜਿਹਾ ਸਿੱਖ ਲਿਓ। ਚਲੀਏ ਆ ਲਓ ਜੀ, ਸਾਰਾ ਸਮਾਨ ਇੱਥੇ ਰੇੜੀ ਪਿਆ। ਇੱਕ ਗਲਾਸ ਚੌਲਾਂ ਦਾ, ਗੋਭੀ, ਗਾਜਰਾਂ, ਆਲੂ, ਹਰੇ ਮਟਰ, ਪਿਆਜ, ਜੀਰਾ, ਆਹ ਜੋ ਪੇਸਟ ਬਣਾਇਆ ਹੋਇਆ, ਅਦਰਕ ਅਤੇ ਹਰੀ ਮਿਰਚ, ਨਮਕ, ਹਲਦੀ। ਤੁਸੀਂ ਦੇਖ ਸਕਦੇ ਹੋ ਜੋ ਜੋ ਸਮਾਨ ਲਿੱਤਾ ਮੈਂ ਮਿਕਸ ਵੈਜੀਟੇਬਲ ਰਾਈਸ ਬਣਾਉਣ ਵਾਸਤੇ। ਮੈਂ ਕੁੱਕਰ ਲਿੱਤਾ, ਕੁੱਕਰ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਉਂਗਾ, ਅੱਧੀ ਕੜਛੀ ਮੈਂ ਤੇਲ ਦੀ ਪਾਈ ਇਸ ਦੇ ਵਿੱਚ।
ਤੇਲ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ, ਰਿਫਾਈਂਡ ਆਇਲ ਵੀ ਯੂਜ਼ ਕਰ ਸਕਦੇ ਹੋ, ਕੁਕਿੰਗ ਆਇਲ ਵੀ ਯੂਜ਼ ਕਰਦੇ, ਤੇ ਜੇ ਤੁਹਾਡੇ ਘਰ ਦੇ ਵਿੱਚ ਸਰੋਂ ਦਾ ਤੇਲ ਹੈਗਾ ਤਾਂ ਬਹੁਤ ਵਧੀਆ। ਤੇਲ ਮੇਰਾ ਗਰਮ ਹੋ ਚੁੱਕਿਆ, ਇਸ ਦੇ ਵਿੱਚ ਮੈਂ 1 ਚਮਚਾ ਜੀਰੇ ਦਾ ਪਾ ਦੂੰਗਾ। ਜਦੋਂ ਆਪਣਾ ਜੀਰਾ ਹਲਕਾ ਜਿਹਾ ਭੁੰਨ ਹੋ ਜੂਗਾ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਿਆਜ਼ ਪਾ ਦੂੰਗੇ। ਮੇਰਾ ਪਿਆਜ਼ ਵੀ ਭੁੰਨ ਹੋ ਚੁੱਕਿਆ, ਉਸ ਤੋਂ ਬਾਅਦ ਮੈਂ ਇਸ ਦੇ ਵਿੱਚ ਹਲਦੀ ਪਾ ਦੂੰਗਾ, ਹਲਦੀ ਦਾ 1/2 ਚਮਚਾ ਪਾਇਆ। ਉਸ ਤੋਂ ਬਾਅਦ ਮੈਂ ਪੇਸਟ ਪਾ ਦੂੰਗਾ ਜੋ ਤੁਹਾਨੂੰ ਮੈਂ ਪਹਿਲਾਂ ਦੱਸਿਆ, ਹਰੀ ਮਿਰਚ ਅਤੇ ਅਦਰਕ ਦਾ ਮੈਂ ਪੇਸਟ ਬਣਾ ਲਿਆ ਸੀ। ਮੈਂ ਇਸ ਦੇ ਵਿੱਚ ਨਮਕ ਪਾ ਦਿੱਤਾ, ਸਾਰੀ ਵੈਜੀਟੇਬਲ ਸਬਜ਼ੀ ਪਾ ਦਿੱਤੀ, ਠੀਕ ਹੈ ਜੀ। ਅਤੇ ਇਸ ਨੂੰ ਮਿਕਸ ਕਰ ਦਿੰਦੇ ਹਾਂ। ਜਿੰਨੇ ਤੁਸੀਂ ਚੌਲ ਪਾਉਣੇ ਆ ਉਸ ਤੋਂ 2.5 ਗੁਣਾ ਪਾਣੀ ਪਾਉਣਾ ਇਸ ਦੇ ਵਿੱਚ। ਜੇ ਇੱਕ ਗਲਾਸ ਚੌਲਾਂ ਦਾ ਤਾਂ 2.5 ਗਲਾਸ ਪਾਣੀ ਦੇ ਪਾਉਣੇ ਇਸ ਦੇ ਵਿੱਚ ਆਪਾਂ ਨੇ। ਮੈਂ ਇਸ ਦੇ ਵਿੱਚ ਪਾਣੀ ਪਾ ਦਿੱਤਾ ਅਤੇ ਹੁਣ ਆਪਾਂ ਇਸ ਦਾ ਢੱਕਣ ਲਾ ਦਾਂਗੇ। ਬਸ ਸਿਰਫ ਆਪਾਂ ਨੇ 1 ਸੀਟੀ ਮਰਾਉਣੀ ਹੈ ਇਸ ਦੀ, ਠੀਕ ਹੈ ਜੀ। 1 ਸੀਟੀ ਮਰਾਉਣੀ ਹੈ, 1 ਸੀਟੀ ਮਰਾ ਕੇ ਇਸ ਦਾ ਢੱਕਣ ਨਹੀਂ ਖੋਲ੍ਹਣਾ ਹੈਗਾ, ਭਾਫ਼ ਵਿੱਚੇ ਰਹਿਣ ਦੇਣੀ ਹੈ। ਜਦੋਂ ਭਾਫ਼ ਆਪਣੇ ਆਪ ਇਸ ਦੀ ਹੌਲੀ ਹੌਲੀ ਨਿਕਲ ਜੂਗੀ ਤਾਂ ਆਪਣੇ ਚੌਲ ਬਣ ਜੂਗੇ। ਸਿਰਫ 1 ਸੀਟੀ ਮਰਾਉਣੀ ਹੈ। ਦੇਖਿਆ ਜੀ, ਇੱਥੇ ਨਾ ਇੱਕ ਨਿਸ਼ਾਨ ਜਿਹਾ ਆਉਂਦਾ ਹੁਣ ਉੱਪਰ, ਆਹ ਗੋਲ ਗੋਲ ਜਿਹਾ ਨਾ ਇੱਕ ਨਿਸ਼ਾਨ ਜਿਹਾ ਆਉਂਦਾ ਨਾ ਇੱਥੇ, ਉਹਦੇ 'ਤੇ ਕਲਿੱਕ ਕਰਕੇ ਮੈਂ ਕਹਿੰਦਾ ਪ੍ਰੋਪਰ ਤਰੀਕੇ ਨਾਲ ਬਣਾਏ ਹੋਏ ਚੌਲ, 8-9 ਮਿੰਟ ਦੀ ਵੀਡੀਓ, ਜੇ ਤੁਸੀਂ ਉਹ ਵੀ ਦੇਖ ਲਓ ਤੁਸੀਂ, ਇੱਥੇ ਗੋਲ ਜਿਹਾ ਨਿਸ਼ਾਨ ਆਇਆ ਪਿਆ ਹੁਣ ਪ੍ਰੋਪਰ ਤਰੀਕੇ ਨਾਲ। ਜੇ ਤੁਸੀਂ ਆਪਣੇ ਘਰ ਦੇ ਵੀ, ਇਹ ਤਾਂ ਇੱਕ ਛੋਟਾ ਜਿਹਾ ਰਿਵਿਊ ਸੀ, ਮੈਂ ਕਿਹਾ ਅੱਜ ਭੁੱਖ ਲੱਗੀ ਹੈ, ਚੌਲ ਬਣ ਜਾਏ ਮਿਕਸ ਵੈਜੀਟੇਬਲ। ਚੌਲ ਗਏ ਨੇ ਮੇਰੇ ਬਣ, ਅਤੇ ਨਾਲ ਪਿਆ ਦੁੱਧ ਦਾ ਗਲਾਸ, ਅਤੇ ਸਾਹਮਣੇ ਚੱਲਦਾ ਇੰਡੀਆ ਆਸਟ੍ਰੇਲੀਆ ਦਾ ਮੈਚ। ਇੱਕ ਰਾਜ ਦੀ ਗੱਲ ਦੱਸਾਂ, ਕੁਝ ਲੋਕ ਚੌਲਾਂ ਨਾਲ ਲੱਸੀ ਪਸੰਦ ਕਰਦੇ ਨੇ, ਕੁਝ ਲੋਕ ਚੌਲਾਂ ਦੇ ਨਾਲ ਦਹੀਂ ਪਸੰਦ ਕਰਦੇ ਨੇ, ਪਰ ਮੈਂ ਚੌਲਾਂ ਦੇ ਨਾਲ ਦੁੱਧ ਪਸੰਦ ਕਰਦਾ। ਮੈਂ ਦੁੱਧ ਰਲਾ ਕੇ, ਮੈਨੂੰ ਖਾਣ ਨੂੰ ਬੜੇ ਸਵਾਦ ਲੱਗਦੇ ਆ। ਮੈਨੂੰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਕਿਹੜੇ ਬੰਦੇ ਨੂੰ ਕਿੱਦਾਂ ਚੌਲ ਚੰਗੇ ਲੱਗਦੇ ਆ, ਦੁੱਧ ਨਾਲ ਚੰਗੇ ਲੱਗਦੇ ਆ, ਲੱਸੀ ਨਾਲ ਚੰਗੇ ਲੱਗਦੇ ਆ, ਜਾਂ ਦਹੀਂ ਨਾਲ ਚੰਗੇ ਲੱਗਦੇ ਆ, ਜਾਂ ਫਿਰ ਇੱਦਾਂ ਹੀ ਚੰਗੇ ਲੱਗਦੇ ਆ। ਮਾੜਾ ਕਮੈਂਟ ਕਰਕੇ ਦੱਸਿਓ ਅਤੇ ਮੈਂ ਲੱਗਿਆ ਹੁਣ ਚੌਲ ਖਾਣ। ਦਿਖਾਵਾਂ ਫਿਰ ਇੱਕ ਵਾਰੀ। ਹੈਲੋ, ਕੌਣ ਬੋਲਦਾ ਹੈ? ਮੈਂ ਜੀ ਨੌਕਰ ਬੋਲਦਾ ਜੀ, ਤੁਸੀਂ ਕੌਣ ਬੋਲਦੇ ਜੀ? ਨੇਤਰ ਨੇਤਰ ਬੋਲਦਾ। ਉਹ ਹਾਂ ਬਾਈ, ਕੀ ਹਾਲ ਹੈ ਨੇਤਰ ਬਾਈ? ਠੀਕ ਹੈ। ਉਹ ਨੇਤਰ ਬਾਈ, ਮਕਾਨ ਦਾ ਕੰਮ ਕਿੱਦਾਂ ਚੱਲਦਾ ਤੁਹਾਡਾ? ਉਹ ਤਾਂ ਪਾਗਲ ਦੇ ਅੱਧੇ ਕੰਮ ਕਰਕੇ ਭੱਜ ਜਾਂਦੇ ਆ। ਕੰਮ ਕਰਕੇ ਭੱਜ ਜਾਂਦੇ? ਜਿਹੜੇ ਮਿਸਤਰੀ ਰੱਖੇ ਹੋ ਠੀਕ ਨਹੀਂ ਹੈਗੇ? ਨਹੀਂ, ਕੰਮ ਨਹੀਂ ਕਰਦੇ ਹੈਗੇ? ਨਹੀਂ। ਚੱਲ ਠੀਕ ਹੈ। ਹੋਰ ਨੇਤਰ ਬਾਈ, ਕਿੱਦਾਂ ਰਿਹਾ ਵੋਟਾਂ 'ਚ, ਕਿੱਦਾਂ ਹਾਰ ਗਿਆ ਤੂੰ? ਤੂੰ ਤਾਂ ਹਾਰ ਗਿਆ ਨੇਤਰ ਬਾਈ। ਫਿਰ ਪਹਿਲਾਂ ਹਾਰ ਗਿਆ ਤਾਂ ਹੁਣ ਜਿੱਤ ਗਿਆ। ਹੁਣ ਜਿੱਤ ਗਿਆ? ਅੱਛਾ, ਚਲੋ ਠੀਕ ਠੀਕ ਹੈ, ਜਿੱਤ ਗਿਆ। ਚੱਲ ਤੈਨੂੰ ਵਧਾਈਆਂ ਹੋਣ ਨੇਤਰ ਬਾਈ। ਚੱਲ ਫੋਨ ਕੱਟ ਦੇ ਬਾਈ ਫਿਰ। ਹੈਂ? ਫੋਨ ਕੱਟ ਦੇ ਬਾਈ। ਚੱਲ ਠੀਕ ਹੈ, ਚੰਗਾ, ਓਕੇ, ਬਾਏ। ਲਓ ਜੀ, ਸਾਡਾ ਕੰਨ ਵੀ ਹੁਣ ਚੌਲ ਖਾਣ ਲੱਗਿਆ। ਕੰਨ ਵੀ ਚੌਲ ਕਿੱਦਾਂ ਬਣੇ ਪੁੱਤ? ਚਲਾ ਨਾ ਖਾ, ਵਿੱਚ ਇਹ ਗੋਭੀ ਨੀ ਪਸੰਦ ਹੈ ਨਾ, ਆਲੂ ਆਲੂ ਖਾਣੇ, ਵਿੱਚ ਤਾਂ ਕੱਢ ਕੱਢ ਕੇ ਦੇ ਰਿਹਾ। ਚੱਲ ਠੀਕ ਹੈ। ਕਰਨ ਵੀਰ, ਇੱਧਰ ਦੇ ਕੈਮਰੇ ਵੱਲ। ਤੇਰੇ ਪੇਪਰ ਕਿੱਦਾਂ ਹੋਏ ਅੱਜ? ਬਹੁਤ ਸੋਹਣੇ। ਫਸਟ ਆਊਂਗਾ? ਫਸਟ ਆਊਂਗਾ, ਵਧੀਆ ਵੀਡੀਓ ਬਣਾ ਕੇ ਪਾਊਂਗਾ। ਕਿ ਮੈਨੂੰ ਇਹਦੀਆਂ ਬਹੁਤ ਫਰਮਾਇਸ਼ਾਂ ਆ ਜਾਂਦੀਆਂ ਵੀ ਸਾਡੇ ਬੱਚੇ ਕਰਨਵੀਰ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ। ਕੱਲ੍ਹ ਨੂੰ ਕਰਨਵੀਰ ਨਾਲ ਇੱਕ ਬਹੁਤ ਵਧੀਆ ਵੀਡੀਓ ਬਣਾਊਂਗੇ ਅਸੀਂ, ਠੀਕ ਹੈ ਕਰਨਵੀਰ? ਹੈਂ, ਬਣਾਊਂਗੇ ਨਾ ਕੱਲ੍ਹ ਵੀਡੀਓ? ਹਾਂ, ਗੱਲ ਕੁਝ ਇੱਦਾਂ ਹੋਈ, ਕੱਲ੍ਹ ਸ਼ਾਮ ਨੂੰ ਕੁਝ ਬੰਦੇ ਆਏ ਸੀ ਮਿਲਣ ਇਟਲੀ ਤੋਂ, ਤਿੰਨ ਬੰਦੇ ਆਏ ਸੀ, ਤੇ ਉਹ ਨਿੰਮੇ ਵਾਸਤੇ ਨਾ ਇੱਕ ਬਲੂਟੁੱਥ ਲੈ ਕੇ ਆਏ ਆ। ਨਿੰਮੇ ਦਿਖਾ ਤਾ ਮਾੜੀ ਜੀ ਬਲੂਟੁੱਥ। ਕਰਤਾ ਫਿਰ ਇਹਦੀ ਅਨਬੋਕਸਿੰਗ। ਇਹ ਸੀ ਬਲੂਟੁੱਥ ਜੋ ਨਿੰਮੇ ਨੇ ਮਿਲੀ, ਆ ਦੇਖੋ ਇੱਧਰ ਬਈ। ਅਤੇ ਮੈਂ ਜੋ ਮੇਰਾ ਵੀਰ ਇਟਲੀ ਤੋਂ ਆਇਆ ਸੀ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ, ਵੀ ਨਿੰਮੇ ਵਾਸਤੇ ਕੋਈ ਗਿਫਟ ਲੈ ਕੇ ਆਇਆ ਸੀ, ਬੜਾ ਚੰਗਾ ਲੱਗਾ। ਨਿੰਮੇ ਤੂੰ ਆਪੇ ਧੰਨਵਾਦ ਕਰਦੇ ਬਾਈ ਦਾ, ਬੜਾ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਬਾਈ, ਬਾਈ ਇਟਲੀ ਵਾਲੇ ਦਾ, ਇਟਲੀ ਵਾਲੇ ਦਾ, ਠੀਕ ਹੈ ਜੀ। ਅਤੇ ਬੜਾ ਚੰਗਾ ਲੱਗਦਾ ਇੱਦਾਂ ਨਿੰਮੇ ਵਾਸਤੇ ਤੁਸੀਂ ਇੰਨਾ ਪਿਆਰ ਲੈ ਕੇ ਆਇਆ, ਵੀ ਇਹਦਾ ਵੈਸੇ ਕਈ ਵਾਰ ਬੰਦੇ ਟੈਲੀਫੋਨ ਕਰ ਦਿੰਦੇ ਆ ਵੀ ਹੁਣ ਨਿੰਮਾ ਟੈਲੀਫੋਨ ਨਹੀਂ ਚੱਕਦਾ ਹੈਗਾ, ਉਹ ਮੈਂ ਇੱਦਾਂ ਕਿਤੇ ਗੱਲਬਾਤ ਮਾੜੀ ਜਿਹੀ ਕਰ ਹੋ ਗਈ ਮੇਰੇ ਖਿਆਲ ਟੈਲੀਫੋਨ ਮਿੱਤੀ ਕਹਿ, ਕਹਿੰਦਾ ਨਿੰਮਾ ਹੁਣ ਟੈਲੀਫੋਨ ਨਹੀਂ ਚੱਕਦਾ। ਮੈਂ ਕਿਹਾ ਨਿੰਮੇ ਨੂੰ ਹੁਣ ਬਲੂਟੁੱਥ ਦੀ ਲੋੜ ਹੈ ਵੀ ਉਹ ਕੰਨ 'ਚ ਲਾ ਕੇ ਰੱਖੇ ਕਰੇ, ਜਿਹੜਾ ਟੈਲੀਫੋਨ ਜਦੇ ਚੱਕ ਲਿਆ ਕਰੇ। ਉਹਨਾਂ ਕਿਤੇ ਬਾਈਆਂ ਨੇ ਇਹ ਗੱਲ ਸੁਣ ਲਈ ਅਤੇ ਬਾਈ ਲੈ ਕੇ ਆਏ ਸੀ, ਅਤੇ ਬੜਾ ਚੰਗਾ ਲੱਗਿਆ ਬਾਈ ਲੈ ਕੇ ਆਏ ਆ, ਅਤੇ ਨਿੰਮਾ ਬੜਾ ਖੁਸ਼ ਹੈ। ਖੁਸ਼ ਹੈ? ਹਾਂ, ਵਧੀਆ। ਹਾਂ,
ਤੇ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ, ਜਿਹੜੀ ਅੱਜ ਦੀ ਮੈਂ ਵੀਡੀਓ ਬਣਾਈ ਹੈ, ਥੋੜ੍ਹੀ ਕੋਈ ਅਲੱਗ ਕੋਸ਼ਿਸ਼ ਕੀਤੀ ਆਪਣੇ ਵੱਲ ਦਾ ਵੀ ਅਲੱਗ ਚੀਜ਼ ਦਿਖਾਉਣ ਦੀ ਆਪਣੇ ਵੱਲ ਤਾਂ ਵੀਡੀਓ ਦੇ ਵਿੱਚ ਨਾ, ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੀ ਅੱਜ ਵਾਲੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ, ਅਤੇ ਜੇ ਤੁਸੀਂ ਵੀਡੀਓ ਇੱਥੇ ਤੱਕ ਦੇਖ ਲਈ ਹੈ ਤਾਂ ਇੱਕ ਲਾਈਕ ਵਾਲਾ ਬਟਨ ਵੀ ਜ਼ਰੂਰ ਦੱਬ ਦਿਓ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ, ਮਿਲਦੇ ਹਾਂ ਫਿਰ ਕਿਸੀ ਅਗਲੀ ਵੀਡੀਓ ਦੇ ਵਿੱਚ। ਬੋਮ।